ਚੰਡੀਗੜ੍ਹ ਪੁਲਿਸ ਤੇ ਗੰਭੀਰ ਇਲਜ਼ਾਮ ਲੱਗੇ ਨੇ ਐਸੇ ਇਲਜ਼ਾਮ ਜਿਸ ਨੇ ਸ਼ਰਮਸਾਰ ਕਰ ਦਿੱਤਾ ਪੁਲਿਸ ਨੂੰ ਵੀ ਤੇ ਇਨਸਾਨੀਅਤ ਨੂੰ ਵੀ ਤਸ਼ੱਦਦ ਢਾਉਣ ਦੇ ਇਲਜ਼ਾਮ ਨੇ ਤਸ਼ੱਦਦ ਵੀ ਕਿਦੇ ਤੇ ਭਾਰਤੀ ਸੈਨਾ ਦੇ ਇੱਕ ਜਵਾਨ ਗੁਰਸਿੱਖ ਜਵਾਨ ਤੇ ਤਸ਼ੱਦਦ ਢਾਉਣ ਦੇ ਇਲਜ਼ਾਮ ਲੱਗੇ ਨੇ ਤਸ਼ੱਦਦ ਵੀ ਐਸਾ ਕਿ ਤੁਸੀਂ ਸੁਣੋ ਤਾਂ ਸ਼ਰਮਸਾਰ ਹੋ ਜਾਓ ਸ਼ਾਇਦ ਦੱਸਣ ਦੇ ਲਈ ਲਫ਼ਜ਼ ਘੱਟ ਪੈ ਜਾਣ ਇਹ ਪੂਰਾ ਕਾਰਨਾਮਾ ਕੀਤਾ ਹੈ ਕਹਿੰਦੇ ਚੰਡੀਗੜ੍ਹ ਦੇ ਇੱਕ ਥਾਣੇ ਦੇ ਵਿੱਚ ਐਸੇ ਇਲਜ਼ਾਮ ਨੇ ਮਾਮਲਾ ਹਾਈ ਕੋਰਟ ਤੱਕ ਚਾ ਪਹੁੰਚਿਆ ਸਾਡੇ ਨਾਲ ਵਕੀਲ ਸਾਹਿਬ ਮੌਜੂਦ ਨੇ ਕੁਮਨ ਸਾਹਿਬ ਜੀ ਕੁਮਨ ਸਾਹਿਬ ਕੀ ਮਸਲਾ ਹੈ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਚੰਡੀਗੜ੍ਹ ਪੁਲਿਸ ਨੇ ਐਸਾ ਕੀ ਕੀਤਾ ਕਿ ਹਾਈ ਕੋਰਟ ਤੱਕ ਤੁਹਾਨੂੰ ਜਾਣਾ ਪਿਆ ਐਸਾ ਕਿਹੜਾ ਤਸ਼ੱਦਦ ਟਾਇਆ ਕਿ ਇਨਸਾਨੀਅਤ ਨੂੰ ਤੁਸੀਂ ਕਹਿ ਰਹੇ ਸੀ ਕਿ ਸਿਰ ਝਕੋਣਾ ਪੈ ਜੇ ਦੇਖੋ ਪਹਿਲਾਂ ਵਾਇਰ ਜੀ ਕਾ ਖਾਲਸਾ ਵਾਇਰ ਜੀ ਕੀ ਫਤਿਹ ਦੀ ਪਾਈਏ ਸਾਂਝ ਮੈਂ ਭਾਜੀ ਸਟਾਰਟਿੰਗ ਅਜੇ ਇਸ ਗੱਲ ਤੋਂ ਕਰੂੰਗਾ ਬ੍ਰਾਡਸਰ ਕਿ ਰੀਅਲੀ ਬਹੁਤ ਸ਼ੇਮਫੁਲ ਐਕਟ ਸੀ ਚੰਡੀਗੜ੍ਹ ਪੁਲਿਸ ਦਾ ਤੇ ਮੁਹਾਲੀ ਪੁਲਿਸ ਥਾਣਾ ਗਰੀਬ ਮੁੱਲਾਂਪੁਰ ਗਰੀਬ ਦਾਸ ਦਾ ਮੈਂ ਸਾਰੇ ਨਹੀਂ ਕੁਝ ਵਿਅਕਤੀਆਂ ਦੀ ਅਸੀਂ ਗੱਲ ਕੀਤੀ ਹੈ ਮੁੱਲਾਂਪੁਰ ਗਰੀਬ ਦਾਸ ਦੇ ਵਿੱਚ ਸਬ ਇੰਸਪੈਕਟਰ ਪਰਮਜੀਤ ਤੇ ਸੈਕਟਰ 11 ਚੰਡੀਗੜ੍ਹ ਪੁਲਿਸ ਦਾ ਇੰਸਪੈਕਟਰ ਮਲਕੀਤ ਅਲੋਂਗ ਵਿਦ ਦੋ ਕੌਨਸਟੇਬਲ ਉਹਨਾਂ ਦੇ ਨਾਲ ਹੁਣ ਮਾਮਲਾ ਬੜਾ ਇੰਪੋਰਟੈਂਟ ਹੈ ਬਰਾਡਸਪੌਕ ਸਵਾਲ ਬੜਾ ਰੈਲੇਵੈਂਟ ਹੈ ਮਾਮਲਾ ਕੀ ਚੱਲਿਆ ਕਿ 14 ਸਾਲ ਪਹਿਲਾਂ ਇਹ ਇਹਦੇ ਵਿੱਚ ਇੰਡੀਅਨ ਆਰਮੀ ਚ ਆਈ ਮੈਂ ਸ਼ੋਰਟ ਜਾ ਕਰਦਾ 2016 ਚ ਮੈਰਿਜ ਹੁੰਦੀ ਹੈ ਇਹਨਾਂ ਦੀ ਇਹਨਾਂ ਦੀ ਵਾਈਫ ਜਿਹੜੀ ਹੈ ਉਹ ਸੈਕਟਰ 11 ਪੁਲਿਸ ਦੇ ਵਿੱਚ ਤਨਾਤ ਨੇ ਐਜ਼ ਅ ਕੌਨਸਟੇਬਲ ਬੱਚਾ ਇੱਕ ਸਸਲ ਦਾ ਇਹਨਾਂ ਦਾ ਬੇਟਾ ਹੈ ਡਿਫਰੈਂਸ ਆਪਸ ਵਿੱਚ મતਭੇਦ ਕੁਛ ਨਾ ਕੁਛ ਹੋ ਗਈ ਥਿਸ ਇ ਐਡਮਿਟਡ ਪਰ ਮਾਮਲਾ ਮੈਟ੍ਰੀਮੋਨੀਅਲ ਡਿਸਪਿਊਟ ਦਾ ਹਜੇ ਤੱਕ ਕਿਸੇ ਕੋਰਟ ਕਚੈਰੀ ਚ ਨਹੀਂ ਸੀ ਗਿਆ ਕਿਉਂਕਿ ਸਾਮਣੇ ਇਹਨਾਂ ਨੇ ਰੀਸੀਵ ਨਹੀਂ ਕੀਤੇ ਹੁਣ 12 ਨਵੰਬਰ 2023 ਦਿਨ ਦੀਵਾਲੀ ਦਾ ਸੀ ਤੇ ਉਸ ਦਿਨ ਇਹਨਾਂ ਨੇ ਬਕਾਇਦਾ ਕਮਾਂਡਿੰਗ ਅਫਸਰ ਤੋਂ ਛੁੱਟੀ ਲਈ ਤੇ ਕੌਨਸਪਰੇਸੀ ਰਚੀ ਵੀ ਇਹਨਾਂ ਨੂੰ ਚੰਡੀਗੜ੍ਹ ਬੁਲਾਇਆ ਜਾ ਮੈਂ ਛੋਟ ਗੱਲ ਤਸੱਦਦ ਦੀ ਗੱਲ ਨੂੰ ਆਪਣੀ ਜ਼ੁਬਾਨ ਤੋਂ ਦੱਸਣਗੇ ਪਹਿਲਾਂ ਮੁੱਲਾਂਪੁਰ ਗਰੀਬਦਾਸ ਬੁਲਾਇਆ ਗਿਆ ਸਬ ਇੰਸਪੈਕਟਰ ਪਰਮਜੀਤ ਵੱਲੋਂ ਫੋਨ ਕਰਕੇ ਬੁਲਾਇਆ ਉਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੇ ਵਿੱਚ ਬੁਲਾਇਆ ਗਿਆ ਵੀ ਤੈਨੂੰ ਤੁਹਾਡਾ ਬੇਟਾ ਮਿਲਾ ਦਨੇ ਆ ਬੇਟਾ ਪਹਿਲਾਂ ਜਦੋਂ ਉਹਨਾਂ ਨੇ ਆਪਣੇ ਫਾਦਰ ਨੂੰ ਦੇਖਿਆ ਆਰਮੀ ਤੋਂ ਆਏ ਤੇ ਇਮੀਡੀਏਟਲੀ ਇਹਨਾਂ ਦੀ ਗੋਦੀ ਜਾ ਚੜਿਆ ਬਾਅਦ ਚ ਫਿਰ ਚੰਡੀਗੜ੍ਹ ਪੁਲਿਸ ਨੇ ਇਹਨਾਂ ਨੂੰ ਨਟਸ਼ਲ ਤਸੱਦਦਟਾਇਆ ਇਸ ਕਰਕੇ ਵੀ ਤੇਰਾ ਵਾਈਫ ਨਾਲ ਡਿਸਕਿਊਟ ਚੱਲਦਾ ਤੇ ਤੂੰ ਚੰਡੀਗੜ੍ਹ ਦੇ ਵਿੱਚ ਸਾਨੂੰ ਵੇਖਣਾ ਨਹੀਂ ਚਾਹੀਦਾ ਨਾ ਤੇਨੂੰ ਬੱਚਾ ਨਾ ਤੇਨੂੰ ਵਾਈਫ ਕੁਝ ਨਹੀਂ ਮਿਲਣਾ ਨੇਕਡ ਵੀਡੀਓ ਬਣਾਈ ਔਰ ਉਸ ਤੋਂ ਬਾਅਦ ਪਗ ਇਹਨਾਂ ਦੇ ਸਿਰੋਂ ਪੱਗ ਲਈ ਸੰਪੂਰਨ ਗੁਰਸਿੱਖ ਨੇ ਉਸ ਤੋਂ ਬਾਅਦ ਫਿਰ ਉਹ ਕਹਿੰਦੇ ਥ੍ਰੈਟ ਕੀਤਾ ਵੀ ਜੇ ਤੂੰ ਇਸ ਏਰੀਆ 'ਚ ਨਜ਼ਰ ਆਇਆ ਤਾਂ ਫਿਰ ਤੇਰੀ ਇਹ ਸੋਸ਼ਲ ਮੀਡੀਆ ਤੇ ਵਾਇਰਲ ਕਰਾਂਗੇ ਫਾਈਨਲੀ ਭਾਜੀ ਐਸਐਸਪੀ ਸਾਹਿਬ ਦੇ ਮਾਮਲਾ ਧਿਆਨ 'ਚ ਇਨੀਸ਼ੀਅਲੀ ਦਿੱਤਾ ਕਮਾਂਡਿੰਗ ਅਫਸਰ ਕਰਨਲ ਸਾਹਿਬ ਨੇ ਉੱਥੋਂ ਲੈਟਰ ਲਿਖਿਆ ਵੀ ਬੜਾ ਸੈਂਸਿਟਿਵ ਵਿਸ਼ੂਅਲ ਸਾਡਾ ਪਾਰਟ ਸਾਡਾ ਹਿੱਸਾ ਇੰਡੀਅਨ ਆਰਮੀ ਦਾ ਤੇ ਜੋ ਤੁਸੀਂ ਬੇਜਕ ਡਿਸਰੈਸਪੈਕਟ ਜਾਂ ਬਰੂਟੈਲਿਟੀ ਕੀਤੀ ਏ ਇਹਦੇ ਤੇ ਸਖਤ ਕਾਰਸ਼ਨ ਲਿੱਤਾ ਜਾਵੇ ਚੰਡੀਗੜ੍ਹ ਪੁਲਿਸ ਨੇ ਉਹੀ ਮਾਮਲਾ ਉਸੇ ਸੈਕਟਰ 11 ਪੁਲਿਸ ਸਟੇਸ਼ਨ ਇੰਸਪੈਕਟਰ ਰੈਂਕ ਨੂੰ ਉਸ ਮੈਟਰ ਨੂੰ ਇਨਵੈਸਟੀਗੇਟ ਕਰਨ ਦਾ ਦਿੱਤਾ ਜਦਾ ਇੱਕ ਕਰਨਲ ਸਾਹਿਬ ਕਹਿ ਰਹੇ ਨੇ ਵੀ ਇਹਨਾਂ ਤੇ ਕਾਰਵਾਈ ਪਵੇ ਜਦੋਂ ਕਿਸੇ ਪਾਸਿਓਂ ਕੋ ਸਾਨੂੰ ਨਹੀਂ ਇਨਸਾਫ ਮਿਲਿਆ ਫਾਈਨਲੀ ਹਾਈ ਕੋਰਟ ਤੋ ਜਾਂਦੇ ਆ 1 ਫਰਵਰੀ ਨੂੰ ਆਨਰੇਬਲ ਕੋਰਟ ਚ ਮੈਟਰ ਲਿਸਟ ਹੁੰਦਾ ਹੈ ਡिटेल ਆਰਡਰ ਸਖਤ ਰੁਖ ਮੈਂ ਕਵਾਂਗਾ ਹਾਈ ਕੋਰਟ ਨੇ ਲਿਆ ਹੈ ਇਹਨਾਂ ਦੇ ਮਾਮਲੇ 'ਚ ਉਹਨਾਂ ਦੇ ਅਗੇਂਸਟ ਜਿਨ੍ਹਾਂ ਨੇ ਇਹਨਾਂ ਦੇ ਨਾਲ ਬਰਟੈਲਿਟੀ ਧੱਕੇਸ਼ਾਹੀ ਕੀਤੀ ਹੈ ਔਰ ਉਹਦੇ 'ਚ ਉਹਨਾਂ ਨੇ ਨੋਟਿਸ ਕਰਕੇ ਸਟੇਟਸ ਰਿਪੋਰਟ ਸਾਰੇ ਮਾਮਲੇ ਦੀ ਮੰਗੀ ਜੋ ਇਹਨਾਂ ਨੇ ਫੋਨਸ ਤੋਂ ਅਬਜਕਸ਼ਨੇਬਲ ਵੀਡੀਓਜ਼ ਬਣਾਈਆਂ ਨੇ ਜੋ ਉੱਥੇ ਸੀਸੀਟੀਵੀ ਫੁਟੇਜ ਉਸ ਦਿਨ ਦਾ ਉਹ ਵੀ ਅਸੀਂ ਮਾਨਜੋਗ ਹਾਈ ਕੋਰਟ ਨੂੰ ਅਸੀਂ ਜੱਜ ਸਾਹਿਬ ਨੂੰ ਅਸੀਂ ਅਪ੍ਰਾਈਜ਼ ਕਰਵਾਇਆ ਹੈ ਕਿ ਸੀਸੀਟੀਵੀ ਫੁਟੇਜ ਵੀ ਜਿਹੜਾ ਲਿਆ ਜਾਵੇ ਤਾਂ ਜੋ ਬਿਲਕੁਲ ਪਤਾ ਲੱਗੇ ਵੀ ਕਿਸ ਤਰੀਕੇ ਨਾਲ ਇਹ ਤਸੱਦਦ ਆਇਆ ਸੋ ਬਹੁਤ ਅਸੀਂ ਧੰਨਵਾਦ ਦੀਆਂ ਹਾਈ ਕੋਰਟ ਨੇ ਜਿਨ੍ਹਾਂ ਨੇ ਇਹ ਲਿਆ ਬਾਕੀ ਇਹਨਾਂ ਦੀ ਜ਼ੁਬਾਨ ਤੋਂ ਜੋ ਤਸੱਦਦ ਹੋਇਆ ਇਹ ਆਪ ਤੁਹਾਨੂੰ ਆਪਣੀ ਜ਼ੁਬਾਨ ਤੋਂ ਦੱਸਣਗੇ ਤਾਂ ਭਾਰਤੀ ਸੈਨਾ ਦਾ ਜਵਾਨ ਆਪਦੇ ਬੱਚੇ ਨੂੰ ਮਿਲਣ ਆਇਆ ਸੀ ਆਪਦੇ ਪੁੱਤਰ ਨੂੰ ਮਿਲਣ ਆਇਆ ਸੀ ਮੈਟ੍ਰੀਮੋਨੀ ਪਰਿਵਾਰਕ ਝਗੜਾ ਪਰ ਕਹਿੰਦੇ ਨੇ ਕਿ ਪਰਿਵਾਰਕ ਝਗੜੇ ਦੇ ਵਿੱਚ ਮੁਹੱਲੀ ਦੇ ਥਾਣਾ ਗਰੀਬਦਾਸ ਤੇ ਚੰਡੀਗੜ੍ਹ ਦੇ ਸੈਕਟਰ 11 ਦੀ ਪੁਲਿਸ ਦਖਲ ਦਿੰਦੀ ਹੈ ਦਖਲ ਵੀ ਕੀ ਦਿੰਦੀ ਹੈ ਇੱਕ ਸੰਪੂਰਨ ਗੁਰਸਿੱਖ ਭਾਰਤੀ ਫੌਜ ਦੇ ਜਵਾਨ ਨੂੰ ਨੰਗਾ ਕੀਤਾ ਜਾਂਦਾ ਕੁੱਟਮਾਰ ਹੁੰਦੀ ਹੈ ਥੱਪੜ ਵਜਦੇ ਆ ਦਸਤਾਰ ਉਤਾਰੀ ਜਾਂਦੀ ਹੈ ਨੰਗਾ ਕਰਕੇ ਵੀਡੀਓ ਬਣਾਈ ਜਾਂਦੀ ਹੈ ਤੇ ਧਮਕਾਇਆ ਜਾਂਦਾ ਕਿ ਜੇ ਕਿਤੇ ਆਪ ਦੇ ਬੱਚੇ ਜਾਂ ਪਤਨੀ ਨੂੰ ਮਿਲਣ ਦੀ ਦੁਬਾਰਾ ਕੋਸ਼ਿਸ਼ ਕੀਤੀ ਤਾਂ ਤੇਰੀ ਵੀਡੀਓ ਵਾਇਰਲ ਹੋਵੇਗੀ ਉਹ ਭਾਰਤੀ ਫੌਜ ਦਾ ਜਵਾਨ ਜਿਹੜਾ ਬਾਰਡਰ ਤੇ ਸਾਡੀ ਲੋਕਾਂ ਦੀ ਰਾਖੀ ਕਰਦਾ ਐਸੇ ਇਲਜ਼ਾਮ ਲੱਗੇ ਨੇ ਮੈਨੂੰ ਸਬ ਇੰਸਪੈਕਟਰ ਪਰੰਜੀਦਾ ਮੇਰੇ ਮੋਬਾਈਲ ਤੇ ਫੋਨ ਆਉਂਦਾ ਹੁਣ ਫੋਨ ਆਉਂਦੇ ਵੀ ਕੋ ਬੜੀ ਵੱਡੀ ਗੱਲ ਹੈ ਕਿ ਉਹਨੇ ਕਿਸੇ ਨਾ ਕਿਸੇ ਦੱਸਿਆ ਹੀ ਫਿਰ ਤਾਂ ਮੈਨੂੰ ਫੋਨ ਆਇਆ ਉਹਦਾ ਔਰ ਮੈਨੂੰ ਪੁੱਛਿਆ ਤੁਸੀਂ ਕਿੱਥੇ ਹੋ ਮੈਂ ਕਿਹਾ ਮੈਂ ਇਸ ਟਾਈਮ ਮੁੱਲਾਪੁਰ ਆਪਣੇ ਬੱਚੇ ਕੋਲ ਐ ਇੰਨੀ ਗੱਲ ਹੁੰਦੀ ਹੈ ਫੋਨ ਕੱਟ ਕਰ ਦਿੰਦੇ ਨੇ ਆਫਟਰ ਥੈਟ 10 ਮਿੰਟਸ ਉਹ ਬੰਦਾ ਮੇਰੇ ਕੋਲ ਆ ਜਾਂਦਾ ਔਰ ਮੈਨੂੰ ਇੱਕ ਕ੍ਰਿਮੀਨਲ ਦੀ ਤਰ੍ਹਾਂ ਚੁੱਕ ਕੇ ਨਾਲ ਦੋ ਮੁਲਾਜ਼ਮ ਹੋਰ ਸੀ ਥਾਣੇ ਲੈ ਜਾਂਦੇ ਨੇ ਉੱਥੇ ਜਾ ਕੇ ਮੈਨੂੰ ਡਰਾਇਆਤਮਕ ਆ ਜਾਂਦਾ ਤੇਰੇ ਤੇ ਝੂਠਾ ਪਰਚਾ ਪਾਇਆ ਜਾਊਗਾ ਖੈਰਾ ਛੱਡ ਦੇ ਉਸ ਤੋਂ ਬਾਅਦ ਮੈਂ ਮੰਤਰਲਾ ਕਰਕੇ ਉੱਥੋਂ ਕਿਸੇ ਨਾ ਕਿਸੇ ਤਰੀਕੇ ਬਾਹਰ ਆਉਣਾ ਬਾਹਰ ਆਉਣ ਤੋਂ ਬਾਅਦ ਮੇਰੀ ਵਾਈਫ ਤੇ ਬੱਚਾ ਸਕੂਟੀ ਲੈ ਖੜੇ ਸੀ ਮੈਨੂੰ ਕਹਿੰਦੇ ਕਿ ਜੇ ਤੁਸੀਂ ਬੱਚੇ ਨੂੰ ਮਿਲਣਾ ਹੈ ਵਾਈਫ ਔਰ ਚਲੋ ਮੈਨੂੰ ਫੋਲੋ ਕਰੋ ਮੇਰੇ ਪਿੱਛੇ ਪਿੱਛੇ ਮੇਰੇ ਜਿੱਥੇ ਡਿਊਟੀ ਉੱਥੇ ਤੁਸੀਂ ਮੇਰੇ ਪਿੱਛੇ ਆ ਜਾਓ ਮੈਂ ਇਹਨਾਂ ਨੂੰ ਫੋਲੋ ਕਰਦਾ ਕਰਦਾ ਉਸੇ ਦਿਨ ਉਸੇ ਸ਼ਾਮ ਨੂੰ ਥਾਣੇ ਪਹੁੰਚ ਜਿੰਨਾ ਉੱਥੇ ਇੱਕ ਪ੍ਰੀ ਪਲਾਨ ਤਰ੍ਹਾਂ ਪਹਿਲਾਂ ਹੀ ਮੈਨੂਪੂਲੇਟ ਕੀਤਾ ਹੋਇਆ ਸੀ ਨਾ ਸਭ ਕੁਝ ਔਰ ਜਾਨਦੇ ਹੀ ਬੱਚਾ ਤਾਂ ਪਹਿਲਾਂ ਆਪਣੀ ਨਾਲ ਕਸਟਡੀ ਵਿੱਚ ਲੈ ਲਿਆ ਜੋ ਕਿ ਇੱਥੇ ਵਿੱਚ ਚੰਡੀਗੜ੍ਹ ਪੁਲਿਸ ਨੇ ਇੱਕ ਪਾਰਟੀ ਬਣ ਕੇ ਦਿਖਾਇਆ ਇਹ ਸੀ ਕਿੱਥੇ ਜੀ ਚੰਡੀਗੜ੍ਹ ਇਹ 11 ਸੈਕਟਰ ਪੁਲਿਸ ਸਟੇਸ਼ਨ ਚੰਡੀਗੜ੍ਹ ਦੇ ਬਾਹਰ ਰੋਡ ਦੇ ਉੱਪਰ ਉਹ ਮੈਂ ਆਪਣੀ ਸਟੇਟਮੈਂਟ ਦੇ ਵਿੱਚ ਲਿਖਿਆ ਵੀ ਗੱਡੀ ਦੀ ਮੇਰੇ ਕੋਲ ਬਕਾਇਦਾ ਵੀਡੀਓ ਵੀ ਹੈ ਔਰ ਗੱਡੀ ਦਾ ਨੰਬਰ ਵੀ ਮੈਂਸ਼ਨ ਕਰਿਆ ਹੋਇਆ ਜਿਹਦੇ ਵਿੱਚ ਇੱਕ ਹਾਲਾਂਕਿ ਨਾਂ ਤੇ ਮੇਰੇ ਵਾਈਫ ਦੇ ਕੋਲ ਬੱਚੇ ਦੀ ਕੋਈ ਲੀਗਲ ਤਰੀਕੇ ਨਾਲ ਕੋਈ ਕਸਟਡੀ ਹੈ ਉਹ ਨਾਲ ਹੀ ਮੇਰੇ ਕੋਲ ਹੀ ਹੈ ਜਦ ਬੱਚਾ ਸਪੇਅਰ ਹੈ ਬਿਲਕੁਲ ਜੇ ਬਾਪ ਨੂੰ ਮਿਲ ਸਕਦਾ ਐਸਾ ਤਾਂ ਕੋਈ ਕਾਨੂੰਨ ਨਹੀਂ ਕਿ ਬੱਚੇ ਨੂੰ ਮਿਲਣਾ ਦਿੱਤਾ ਜਾਵੇ ਪਰ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਬੱਚਾ ਉਥੋਂ ਮੇਰੇ ਦੂਰ ਕਰ ਲਿਆ ਗਿਆ ਤੇ ਵਿੱਚ ਪਾਰਟੀ ਬਣੀ ਸਾਰੀ ਚੰਡੀਗੜ੍ਹ ਪੁਲਿਸ ਔਰ ਗੱਡੀ ਪੀਸੀਆਰ ਦੀ ਯੂਜ਼ ਹੁੰਦੀ ਆ ਔਰ ਉਥੋਂ ਬੱਚਾ ਲੈ ਕੇ ਆਊਟ ਹੋ ਜਾਂਦੇ ਆ ਉਸ ਤੋਂ ਬਾਅਦ ਮੈਨੂੰ ਕਹਿੰਦੇ ਇਹਨਾਂ ਨੇ ਮੇਰੇ ਉਥੋਂ ਤੱਕ ਵੀਡੀਓ ਬਣਦੀ ਹੈ ਉਸ ਤੋਂ ਬਾਅਦ ਨੇ ਮੇਰਾ ਫੋਨ ਸਨੇਚ ਕਰ ਲੈਂਦੇ ਮੇਰਾ ਕੈਮਰਾ ਆਫ ਹੋ ਜਾਂਦਾ ਉਹ ਫੋਨ ਲੈਣ ਦਾ ਮਤਲਬ ਮੇਨ ਇਹਨਾਂ ਦਾ ਇਹੋ ਸੀ ਕਿ ਆਪਾਂ ਇਹਦਾ ਕੈਮਰਾ ਬੰਦ ਕਰਵਾਈਏ ਫਿਰ ਮੈਨੂੰ ਅੰਦਰ ਲੈ ਜਾਂਦੇ ਥਾਣੇ ਦੇ ਵਿੱਚ ਥਾਣੇ ਦੇ ਵਿੱਚ ਇਹ ਮੇਰੇ ਤੋਂ ਦੋ ਸਟੇਟਮੈਂਟਾਂ ਲਿਖਾਉਂਦੇ ਨੇ ਉਹ ਜੋ ਕਿ ਮੈਂ ਇਹਨਾਂ ਦੇ ਮੁਤਾਬਕ ਲਿਖੀਆਂ ਹੂੰ ਉਹ ਦੋ ਖਾਲੀ ਕਾਗਜ਼ ਤੇ ਸਾਈਨ ਤੇ ਮੇਰਾ ਅੰਗੂਠਾ ਲਵਾਉਂਦੇ ਨੇ ਉਹ ਕਰਨ ਤੋਂ ਪਹਿਲਾਂ ਮੈਨੂੰ ਬਹੁਤ ਹੀ ਗੰਦੀਆਂ ਗਾਲਾਂ ਤੇ ਧਮਕੀਆਂ ਦਿੱਤੀਆਂ ਗਈਆਂ ਸਟੇਟਮੈਂਟ ਕੀ ਲਿਖਾਈ ਤੁਹਾਡੇ ਤੋਂ ਸਟੇਟਮੈਂਟ ਪਹਿਲਾਂ ਤੇ ਮੈਥੋਂ ਇਹ ਲਗਾਈ ਕਿ ਮੈਂ ਗਲਤ ਐ ਮੈਂ ਤੁਹਾਡੀ ਡਿਊਟੀ ਵਿੱਚ ਵਾਧਾ ਪਾਉਣਗੇ ਉਹ ਦੂਸਰੀ ਸਟੇਟਮੈਂਟ ਇਹ ਲਿਖਵਾਈ ਕਿ ਅਸੀਂ ਦੋਵੇਂ ਰਾਜ਼ੀ ਹਾਂ ਅਸੀਂ ਮਿਊਚੁਅਲ ਡਾਈਵਰਸਨ ਲੈਣ ਲਈ ਤਿਆਰ ਹਾਂ ਜਿਹਦੇ ਉੱਤੇ ਮੈਂ ਸਾਈਨ ਕੀਤੇ ਪਰ ਡੇਟ ਨਹੀਂ ਪਵਾਈ ਇਹਨਾਂ ਨੇ ਜਿਹੜੀ ਪਹਿਲਾ ਸਟੇਟਮੈਂਟ ਹੈ ਕਿ ਹਾਂ ਮੈਂ ਆਇਆ ਮੈਂ ਮੈਥੋਂ ਗਲਤੀ ਹੋ ਗਈ ਹੈ ਮੈਂ ਡਿਊਟੀ 'ਚ ਬੰਦਾ ਪਾਇਆ ਉੱਥੇ ਮੇਰੇ ਨਾਲ ਸਾਈਨ ਤੇ ਮਿਤੀ ਵੀ ਬਦਲ ਲਖਵਾਈ ਹੈ ਉਸ ਤੋਂ ਬਾਅਦ ਕੀ ਹੁੰਦਾ ਉਸ ਤੋਂ ਬਾਅਦ ਦੋ ਖਾਲੀ ਕਾਗਜ਼ ਦੇ ਉੱਤੇ ਮੇਰੇ ਥੱਲੇ ਥੱਲੇ ਵਾਲੀ ਸਾਈਡ ਤੇ ਅੰਗੂਠਾ ਲਵਾਉਂਦੇ ਔਰ ਸਾਈਨ ਕਰਾਉਂਦੇ ਆ ਉਸ ਤੋਂ ਬਾਅਦ ਮੈਨੂੰ ਅੱਖਾਂ ਤੇ ਪੱਟੀ ਬੰਨ ਕੇ ਇਹ ਉਸੇ ਥਾਣੇ ਦੇ ਵਿੱਚ ਥੋੜੇ 15 20 ਕਦਮ ਦੂਰ ਲੈ ਜਾਂਦੇ ਨੇ ਉੱਥੇ ਜਾ ਕੇ ਮੈਨੂੰ ਇਹ ਬੰਦੇ ਕਹਿੰਦੇ ਨੇ ਤਾਂ ਆਪਣੇ ਸਾਰੇ ਕੱਪੜੇ ਉਤਾਰਦੇ ਆ ਉਹਦੇ ਵਿੱਚ ਮੌਜੂਦਾ ਡਿਊਟੀ ਅਫਸਰ ਕਾਂਸਟੇਬਲ ਸੁਨੀਲ ਜਿੰਨਾਂ ਨੂੰ ਮੈਂ ਪਛਾਣ ਕਰ ਚੁੱਕਾ ਸੀ ਔਰ ਇੱਕ ਸਿਵਲ ਡਰੈਸ ਦੇ ਵਿੱਚ ਹੀ ਇਹ ਸਾਰਾ ਮਸਲਾ ਜਿੰਨਾ ਵੀ ਹੋ ਰਿਹਾ ਸੀ ਮੌਜੂਦਾ ਐਸਐਚਓ ਇੰਸਪੈਕਟਰ ਮਲਕੀਤ ਸਿੰਘ ਦੇ ਇਸ਼ਾਰੇ ਤੇ ਹੋ ਰਿਹਾ ਸੀ ਜਦ ਅੰਦਰ ਜਾਣੇ ਆ ਉੱਥੇ ਮੈਨੂੰ ਫੋਰਸ ਕੀਤਾ ਕੱਪੜੇ ਉਤਾਰ ਮੈਂ ਡਿਫੈਂਡ ਕਰਿਆ ਉਸ ਚੀਜ਼ ਨੂੰ ਕਿ ਮੈਂ ਵੀ ਇੱਕ ਕਾਰਨੀਦਾ ਜਵਾਨ ਆ ਤੁਸੀਂ ਮੇਰੇ ਨਾਲ ਇਦਾਂ ਨਾ ਕਰੋ ਇਹਨਾਂ ਨੇ ਧੱਕੇ ਨਾਲ ਮੈਨੂੰ ਕਿਹਾ ਕੱਪੜੇ ਉਤਾਰਨੇ ਹੀ ਪੈਣਗੇ ਫਿਰ ਮੈਂ ਜੀ ਜੋ ਮੈਨੂੰ ਠੀਕ ਲੱਗਾ ਉਸ ਸਮੇਂ ਮੈਂ ਕੱਪੜੇ ਉਤਾਰੇ ਕੱਪੜੇ ਉਤਾਰਨ ਜਦੋਂ ਮੈਂ ਇਸ ਜੀ ਦਾ ਵਿਰੋਧ ਕਰਿਆ ਉਹਦੇ ਵਿੱਚ ਨਾ ਮੇਰੇ ਥੱਪੜ ਮਾਰੇ ਮੇਰੀ ਪੱਗ ਵੀ ਉਤਰੀ ਫਿਰ ਪਿੱਛੋਂ ਇੱਕ ਆਵਾਜ਼ ਆਉਂਦੀ ਹੈ ਜੋ ਹਿੰਦੀ ਦੇ ਵਿੱਚ ਕਿ ਇਸकी ਪਗੜੀ ਮਤ ਉਤਾਰੋ ਜੋ ਕਰਨਾ ਜਲਦੀ ਕਰੋ ਫਿਰ ਮੈਂ ਆਪਣੀ ਪਗੜੀ ਸਜਾਉਣਾ ਮਾੜੀ ਚੰਗੀ ਜੋ ਵੀ ਹੈ ਉਸ ਤੋਂ ਬਾਅਦ ਇਹਨਾਂ ਨੇ ਮੇਰੀ ਪੂਰੀ ਲਗਨ ਹਾਲਤ ਵਿੱਚ ਵੀਡੀਓ ਬਣਾਈ ਜਿਹਦੇ ਵਿੱਚ ਮੇਰੇ ਪ੍ਰਾਈਵੇਟ ਪਾਰਟ ਵੀ ਦਿਖਿਆ ਜੀ ਫਿਰ ਜਦੋਂ ਵੀਡੀਓ ਬਣਾਈ ਤੁਹਾਡੀ ਉਸ ਤੋਂ ਬਾਅਦ ਕੋਈ ਕੀ ਗੱਲਬਾਤ ਹੁੰਦੀ ਹੈ ਉਸ ਤੋਂ ਬਾਅਦ ਤੁਹਾਡੇ ਖਿਲਾਫ ਕੋਈ ਕਾਰਵਾਈ ਕੀਤੀ ਜਾਂਦੀ ਹੈ ਫਿਰ ਤੁਸੀਂ ਉੱਥੋਂ ਕਿਵੇਂ ਨਿਕਲਦੇ ਹੋ ਉਸ ਤੋਂ ਬਾਅਦ ਬਹੁਤ ਹੀ ਲੋੜਲੀ ਇਹਨਾਂ ਦੇ ਵੱਲੋਂ ਬੋਲਿਆ ਜਾਂਦਾ ਹੈ ਅੱਜ ਤੋਂ ਬਾਅਦ ਚੰਡੀਗੜ੍ਹ ਦੇ ਨੇੜੇ ਤੇਰੇ ਵੀ ਦਿਖਾਈ ਨਹੀਂ ਦੇਣਾ ਔਰ ਆਪਣਾ ਬੱਚਾ ਔਰ ਆਪਣੀ ਵਾਈਫ ਦਾ ਪਿੱਛਾ ਛੱਡ ਦੇ ਨਹੀਂ ਤੇ ਇਹ ਤੇਰੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰਾਂਗੇ ਜਿੰਨੀ ਛੇਤੀ ਹੁੰਦਾ ਮਿਊਚੁਅਲ ਡਾਈਵਰਸਲ ਤਿਆਰ ਹੋ ਜਾ ਫਿਰ ਉਸ ਤੋਂ ਬਾਅਦ ਤੁਸੀਂ ਥਣ ਚੁੱਕੇ ਹੋਏ ਨਿਕਲਦੇ ਹੋ ਉੱਥੋਂ ਨਿਕਲਦੇ ਕਿਵੇਂ ਹੋ ਕਿੱਥੇ ਜਾਂਦੇ ਹੋ ਫਿਰ ਅੱਗੇ ਕੀ ਵਾਪਰਦਾ ਉਸ ਤੋਂ ਬਾਅਦ ਮੈਂ ਆਪਣੇ ਕੱਪੜੇ ਪਾਉਣਾ ਜੀ ਕੱਪੜੇ ਪਾ ਕੇ ਆਪਣੇ ਪੱਗ ਸਿੱਧੀ ਕਰਕੇ ਜੋ ਵੀ ਮੈਨੂੰ ਆਪਣੇ ਆਪ ਸਹੀ ਲੱਗਾ ਮੈਂ ਬਹੁਤ ਹੀ ਸ਼ੇਮਫੁਲ ਹੋਇਆ ਉੱਥੇ ਬਹੁਤ ਹੀ ਗਲਤ ਵਿਚਾਰ ਮੇਰੇ ਮਨ ਦੇ ਵਿੱਚ ਆਏ ਪਰ ਫਿਰ ਵੀ ਆਪਨੇ ਆਪ ਨੂੰ ਮੈਂ ਸੰਭਾਲ ਲਿਆ ਔਰ ਉਥੋਂ ਆਪਣਾ ਮੈਂ ਬਾਹਰ ਨਿਕਲਿਆ ਕਿ ਤੁਸੀਂ ਜੋ ਕਰਨਾ ਹੋ ਤਾਂ ਕਰ ਲੇ ਮੈਨੂੰ ਜਾ ਲੈੰਦੋ ਫਿਰ ਮੈਂ ਬਾਹਰ ਜਾਣਾ ਆਪਣੀ ਗੱਡੀ ਲੈਣਾ ਔਰ ਚੰਡੀਗੜ੍ਹ ਤੋਂ ਬਾਹਰ ਜਾ ਕੇ ਐਸਐਚਓ ਮਲਕੀਸ਼ ਸਿੰਘ ਦਾ ਕੰਟਰੋਲ ਰੂਮ ਤੋਂ ਨੰਬਰ ਲੈਣਾ ਉਹਨੂੰ ਮੈਂ ਫੋਨ ਕਰਦਾ ਜਿਹੜੀ ਮੇਰੇ ਕੋਲ ਅਜੇ ਰਿਕਾਰਡਿੰਗ ਹੈਗੀ ਆ ਕਿ ਮੈਂ ਸਾਰਾ ਇਦਾਂ ਇਦਾਂ ਮੇਰੇ ਨਾਲ ਤੁਹਾਡੇ ਥਾਣੇ ਦੇ ਵਿੱਚ ਬੰਦੇ ਨੇ ਆਹ ਕੰਮ ਕਰਿਆ ਮੈਂ ਸਾਰਾ ਵਾਕਿਆ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਪਰ ਇੰਸਪੈਕਟਰ ਸਾਹਿਬ ਦੀ ਜੋ ਅੱਗੋਂ ਵਰਡਿੰਗ ਸੀ ਉਹ ਸਹੀ ਨਹੀਂ ਸੀ ਔਰ ਉਲਟਾ ਮੈਨੂੰ ਕਹਿ ਰਹ ਮਹ ਸਰ ਮੇਰਾ ਥਾਣੇ ਆਣਾ ਸਹੀ ਨਹੀਂ ਆ ਤੁਸੀਂ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਤੋ ਕਹਿੰਦਾ ਜੋ ਥਾਣੀ ਨਾਲ ਅਸ ਤੇ ਰਾਤ ਨੂੰ ਮੈਨੂੰ ਫੋਨ ਕਿਉਂ ਕਰਿਆ ਮੈਂ ਸਰ ਯੂ ਆਰ ਪਬਲਿਕ ਸਰਵੈਂਟ ਵੇਕ ਕੇਅਰ ਫਾਰ ਯੂ ਆ ਤੁਹਾਡਾ ਨਾਰਾ ਚੰਡੀਗੜ੍ਹ ਪੁੱਛਦਾ ਪਰ ਤੁਸੀਂ ਇਦਾਂ ਨਹੀਂ ਕਰ ਸਕਦੇ ਪਰ ਉਹਨਾਂ ਨੇ ਫੋਨ ਕਰਤਾ ਸੀ ਕੋਈ ਗੱਲ ਨਹੀਂ ਕਰੀ ਕਿਉਂਕਿ ਇਸ ਮੈਟਰ ਦੇ ਵਿੱਚ ਇਹ ਸਾਰਾ ਕੁਝ ਇਨਸਪੈਕਟਰ ਮਲ ਕੀ ਸਕਦੇ ਇਸ਼ਾਰੇ ਤੋਂ ਰਿਆ ਸੀ ਉਸ ਤੋਂ ਬਾਅਦ ਫਿਰ ਤੁਸੀਂ ਵਾਪਸ ਬਠਿੰਡੇ ਜਾਣੇ ਹੋ ਆਪਦੇ ਕਮਾਂਡਿੰਗ ਆਫੀਸਰ ਨੂੰ ਦੱਸਦੇ ਹੋ ਫਿਰ ਕੀ ਕੁਝ ਵਾਪਰਦਾ ਹੈ ਅਗਲੇ ਦਿਨ ਤੁਸੀਂ ਤਿਆਰ ਹੋ ਕੇ ਫਿਰ ਡਿਊਟੀ ਤੇ ਜਾਂਦੇ ਹੋ ਤਾਂ ਕਮਾਂਡਿੰਗ ਆਫੀਸਰ ਨੂੰ ਜਦੋਂ ਮਸਲਾ ਪਤਾ ਲੱਗਦਾ ਤਾਂ ਉਹ ਉਹਨਾਂ ਦਾ ਕੀ ਅਗੋ ਰਿਐਕਸ਼ਨ ਸੀ ਨਹੀਂ ਸਭ ਤੋਂ ਪਹਿਲਾਂ ਮੈਂ ਆਪਣੇ ਪਿਤਾ ਜੀ ਨਾਲ ਇਹ ਗੱਲ ਸ਼ੇਅਰ ਕੀਤੀ ਕਿ ਮੇਰੇ ਨਾਲ ਇਦਾਂ ਕੁਝ ਹੋਇਆ ਕਿਉਂਕਿ ਮੇਰੇ ਫਾਦਰ ਸਾਹਿਬ ਨਾਲ ਵੀ ਕਾਫੀ ਇਹੋ ਜਿਹਾ ਤਸੱਦਦ ਹੋਏ ਨੇ ਉਸ ਤੋਂ ਬਾਅਦ ਜਦ ਮੈਂ ਜਾਣਾ ਉਹ 2 ਦਿਨ ਤੋਂ ਬਾਅਦ ਮੈਂ ਐਸਐਸਪੀ ਮਾੜਨ ਦਾ ਧਿਆਨ ਚ ਮਸਲਾ ਲਿਆਉਣਾ ਉਹਨਾਂ ਨੂੰ ਮੇਲ ਕਰਦਾ ਬਕਾਇਦਾ ਮੇਰੇ ਕੋਲ ਪ੍ਰੂਫ ਹੈ ਜੀ ਉਸ ਤੋਂ ਬਾਅ ਮੇਲ ਕਰਨ ਤੋਂ ਬਾਅਦ ਇੱਕ ਵਾਇਸ ਕਾਲ ਮੇਰੇ ਕੋਲ ਹੈ ਜਿਹੜੀ ਮੇਰੀ 1 ਟੂ 1 ਗੱਲ ਹੁੰਦੀ ਹੈ ਮੈਡਮ ਕਨਵਜਿਤ ਐਸਐਸਪੀ ਸਾਹਿਬ ਨਾਲ ਔਰ ਉਹਦੇ ਵਿੱਚ ਗੱਲ ਸੁਣਦੇ ਜ਼ਰੂਰ ਨੇ ਪਰ ਹਾਲੇ ਤੱਕ ਕੋਈ ਐਕਸ਼ਨ ਨਹੀਂ ਹੋਇਆ ਜੀ ਉਸ ਤੋਂ ਬਾਅਦ ਮੈਂ ਜੁੰਟ ਦੇ ਵਿੱਚ ਜਾਣਾ ਆਪਣੀ ਡਿਊਟੀ ਜੁਆਇਨ ਕਰਦਾ ਡਿਊਟੀ ਜੁਆਇਨ ਤੋਂ ਕਰਕੇ ਜਿਸ ਦਿਨ ਮੈਂ ਅਗਲੇ ਦਿਨ ਆਪਣੀ ਵਰਦੀ ਪਾ ਕੇ ਸ਼ੀਸ਼ੇ ਮੂਰੇ ਖੜਾ ਹੋਣਾ ਔਰ ਮੈਨੂੰ ਆਪਣੇ ਆਪ ਤੇ ਬਹੁਤ ਹੀ ਮਤਲਬ ਸੇਮ ਫੁੱਲ ਹੋਈ ਕਿ ਯਾਰ ਅਸੀਂ ਆਰਮੀ ਦੇ ਜਵਾਨ ਹੋ ਕੇ ਇੰਨੀ ਸੇਵਾ ਕਰਦੇ ਆ ਪਰ ਸਾਡੇ ਨਾਲ ਇਹ ਪੁਲਿਸ ਨੇ ਕਿਉਂ ਕੀਤਾ ਹਾਲੇ ਤੱਕ ਮੈਨੂੰ ਵੀ ਇਸ ਚੀਜ਼ ਸਮਝ ਨਹੀਂ ਆਈ ਕਿ ਮੈਂ ਰੋਣਾ ਕਿਉਂ ਕੀਤਾ ਔਰ ਮੈਂ ਬਹੁਤ ਹੀ ਉਸ ਦਿਨ ਤੋਂ ਨਾ ਤਾਂ ਆਪਣੀ ਡਿਊਟੀ ਸਹੀ ਕਰ ਪਾਰ ਰਿਹਾ ਜੀ ਔਰ ਨਾ ਹੀ ਮੇਰਾ ਕਿਤੇ ਮਨ ਲੱਗ ਰਿਹਾ ਹਾਲਾਂਕਿ ਇੱਕ ਗੁਰਸਿੱਖ ਹੋਣ ਦੇ ਨਾਤੇ ਗੁਰੂ ਘਰ ਦੀ ਸੇਵਾ ਕਰਨ ਦੇ ਨਾਤੇ ਮੈਨੂੰ ਉਸ ਕਾਲਪੁਰਖ ਜੀ ਲਾਲੋ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾੜਕ ਬਹੁਤ ਕਿਰਪਾ ਹੈ ਕਿ ਜਦ ਮੈਂ ਆਪਣੇ ਆਪ ਨੂੰ ਤੱਕ ਸੰਭਾਲ ਕੇ ਰੱਖਿਆ ਉੱਥੇ ਤੁਹਾਡੀ ਡਿਊਟੀ ਕੀ ਹੈ ਇਸ ਵੇਲੇ ਪਤਾ ਲੱਗਾ ਸੀ ਜੀ ਗੁਰਦੁਆਰਾ ਸੇਵਾ ਕਰਦੇ ਹਾਂ ਡਿਊਟੀ ਕੀ ਹੈ ਇਸ ਵੇਲੇ ਨਿਭਾ ਰਹੇ ਹਾਂ ਡਿਊਟੀ ਮੈਂ ਇੱਕ ਗੁਰਸਿੱਖ ਹੋਣ ਦੇ ਨਾਤੇ ਆ ਮਿਰਚ ਕੋਈ ਮੇਰੇ ਕਮਾਂਡਿੰਗ ਆਫਸਰ ਨੂੰ ਮੇਰੇ ਵਿੱਚ ਕੋਈ ਅੱਛਾ ਲੱਗਦਾ ਹੋਊਗਾ ਕਿ ਬੰਦਾ ਇਸ ਚੀਜ਼ ਦੇ ਕਾਬਿਲ ਹੈ ਮਿਆਂ ਜਦੋਂ ਦਾ ਭਰਤੀ ਹੋਇਆ ਫਰਸਟ ਜੁਨਟ ਛੱਡ ਕੇ ਹੁਣ ਤੱਕ ਦੀ ਮੇਰੀ ਸਾਰੀ ਡਿਊਟੀ ਗੁਰੂ ਘਰ ਦੀ ਸਵੇਰੇ ਸਾਮ ਆਪਣਾ ਗੁਰੂ ਸਾਹਿਬ ਦੀ ਸੇਵਾ ਕਰਦਾ ਜੀ ਕੁੱਪਵਾੜਾ ਵਿੱਚ ਵੀ ਤੁਸੀਂ ਡਿਊਟੀ ਕਰ ਰਹੇ ਬਿਲਕੁਲ ਜਿੱਥੇ ਵੀ ਗੁਰੂ ਘਰ ਦੀ ਡਿਊਟੀ ਮੇਰੀ ਸੀ ਬਖੂਬੀ ਟਿਕਨਣਾ ਬਾਈ ਹਾਂ ਜੀ ਤਾਂ ਬੇहद ਸ਼ਰਮਨਾਕ ਹੈ ਜੀ ਇਹ ਗੱਲਾਂ ਸ਼ਾਇਦ ਸੁਣ ਕੇ ਵੀ ਰੂਹ ਕੰਬਦੀ ਹੈ ਕਿ ਇੱਕ ਗੁਰਸਿੱਖ ਫੌਜੀ ਜਵਾਨ ਦੇਸ਼ ਦੀ ਰਾਖੀ ਕਰਨ ਵਾਲਾ ਔਰ ਉਹ ਵੀ ਜਿਹੜਾ ਗੁਰੂ ਸਾਹਿਬ ਦੀ ਸੇਵਾ ਕਰਦਾ ਉਹਦੀ ਡਿਊਟੀ ਦੌਰਾਨ ਵੀ ਉਸਦੇ ਨਾਲ ਜਿਆ ਕੁਝ ਵਾਪਰਦਾ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਮਾਮਲੇ ਦੇ ਵਿੱਚ ਇਨਸਾਫ ਕਿੱਥੇ ਕਿ ਜਿਆ ਤੇ ਕਿਉਂ ਐਸਾ ਵਾਪਰਿਆ ਇਹਨਾਂ ਨਾਲ ਦੇਖੋ ਮੈਨੂੰ ਇਹ ਲੱਗਦਾ ਹੈ ਬ੍ਰਾਡਸਾਪ ਵੀ ਇਨਸਾਫ ਦੀ ਜੇ ਗੱਲ ਕਰੀਏ 12 ਨਵੰਬਰ ਦਾ ਮਾਮਲਾ ਹੈ 16 ਨਵੰਬਰ ਨੂੰ ਸਾਰਾ ਮਾਮਲਾ ਐਸਐਸਪੀ ਸਾਹਿਬ ਦੇ ਝਾਂਚ ਤੇ ਲਿਆਇਆ ਜਾਂਦਾ ਹੈ ਅਸੀਂ ਵੀ ਆਪਣੇ ਵੱਲੋਂ ਰਿਪ੍ਰেজੈਂਟੇਸ਼ਨਸ ਪਾਨੇ ਆ ਵੀ ਇਹ ਬੜੀ ਮਾੜੀ ਗੱਲ ਏ ਬੜੀ ਬੈਡ ਐਗਜ਼ੈਂਪਲ ਸੋਸਾਇਟੀ ਚ ਜਾਏਗੀ ਜੇਕਰ ਤੁਸੀਂ ਚੰਡੀਗੜ੍ਹ ਪੁਲਿਸ ਜਾਂ ਕੋਈ ਵੀ ਜਿਹੜੀ ਪੁਲਿਸ ਏ ਜੇਕਰ ਉਹ ਇੰਡੀਅਨ ਆਰਮੀ ਨਾਲ ਇਸ ਤਰੀਕੇ ਦਾ ਤਸੱਦਦ ਕਰਦੀ ਏ ਉਸ ਤੋਂ ਉੱਪਰ ਮੈਨੂੰ ਲੱਗਦਾ ਏ ਵੀ ਵੇਖੋ ਕਮਾਂਡਿੰਗ ਅਫਸਰ ਕਰਨਲ ਜਿਹੜਾ ਹੈ ਕਮਾਂਡ ਕਰਦੇ ਨੇ ਉਹਨਾਂ ਦਾ ਇੱਕ ਸੈਲਫ ਮੈਸਰਾ ਲੈਟਰ ਓਨਰੇਬਲ ਹਾਈ ਕੋਰਟ ਚ ਲਾਇਆ ਏ ਜਿਹਦੇ ਚ ਉਹਨਾਂ ਨੇ ਕਿਹਾ ਵੀ ਇਹ ਆ ਕੋਸ਼ ਸਾਡੇ ਨਾਇਕ ਦੇ ਨਾਲ ਸਾਡੇ ਜਵਾਨ ਦੇ ਨਾਲੇ ਹੋ ਗਿਆ ਔਰ ਉਹਨਾਂ ਨੇ ਡੀਜੀਪੀ ਸਾਹਿਬ ਨੂੰ ਕਿਹਾ ਵੀ ਏਟ ਲੀਸਟ ਤੁਸੀਂ ਕੌਗਨੀਅੰਸ ਲਵੋ ਐਸਐਸਪੀ ਸਾਹਿਬ ਮਾਮਲੇ ਨੂੰ ਆਪਣੇ ਤਰੀਕੇ ਨਾਲ ਇਨਵੈਸਟੀਗੇਟ ਕਰਾਉਣ ਦੇਖੋ ਜਦੋਂ ਤੁਸੀਂ ਮਾਮਲਾ ਜਾਣ ਬੁੱਝ ਕੇ ਤੁਸੀਂ ਉਸੇ ਸੈਕਟਰ 11 ਦੇ ਇੱਕ ਇਨਸਪੈਕਟਰ ਰੈਂਕ ਦੇ ਬੰਦੇ ਨੂੰ ਦੇ ਦਿੱਤਾ ਹੈ ਕਰਨਲ ਸਾਹਿਬ ਦੀ ਲਿਖੀ ਲੈਟਰ ਦੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਇੱਕ ਇਨਸਪੈਕਟਰ ਰੈਂਕ ਦਾ ਬੰਦਾ ਲੱਗਿਆ ਕਰਨਾ ਐਸਆਈ ਇਨਸਪੈਕਟਰ ਨੇ ਗਾਂ ਇੱਕ ਐਸਆਈ ਨੂੰ ਦੇ ਦਿੱਤਾ ਹੈ ਮਾਮਲਾ ਤੁਸੀਂ ਇੱਥੋਂ ਤੁਸੀਂ ਹਿਸਾਬ ਲਾ ਸਕਦੇ ਹੋ ਵੀ ਇਹ ਕੀ ਕਿਸ ਤਰੀਕੇ ਨਾਲ ਇਸ ਮਾਮਲੇ ਨੂੰ ਅੰਡਰ ਦੀ ਕਾਰਪਟਲ ਕਰਨਾ ਚਾਹੁੰਦੇ ਸੀ ਅੱਛਾ ਕੀ ਮਾਨਸਿਕਤਾ ਕਿਵੇਂ ਦੇਖਦੇ ਹੋ ਕਿਉਂਕਿ ਅਸੀਂ ਅਗਰ ਕਾਲੇ ਦੌਰ ਚ ਚੱਲ ਜਾਈਗੀ ਉਦੋਂ ਤਾਂ ਬੰਦੇ ਦੀ ਵੱਡਾ ਟੁੱਕੀ ਦੇ ਇਲਜ਼ਾਮ ਨੇਕਾ ਜਥੇਦਾਰ ਕੌਂਕੇ ਦਾ ਮਸਲਾ ਉਹਨੇ ਝੰਡੂੜ ਕੇ ਰੱਖਿਆ ਸਭ ਨੂੰ ਤੇ ਅੱਜ ਦੇ 2024 ਦੇ ਵਿੱਚ 2023 ਦੇ ਨਵੰਬਰ ਦੀ ਘਟਨਾ ਇਹ ਅੱਜ ਦੇ ਟਾਈਮ ਦੇ ਵਿੱਚ ਚੰਡੀਗੜ੍ਹ ਵਰਗੇ ਮਾਡਰਨ ਸਿਟੀ ਸਿਟੀ ਬਿਊਟੀਫੁਲ ਦੇ ਵਿੱਚ ਤੱਕ ਕੀ ਲੱਗਦਾ ਮਾਨਸਿਕਤਾ ਕਿ ਕਿੱਦਾਂ ਦੀ ਹੋ ਗਈ ਆ ਸਾਡੀ ਫੋਰਸ ਦੀ ਜਾਂ ਕੁਝ ਐਸੇ ਲੋਕਾਂ ਦੀ ਜਿਹੜੇ ਫੋਰਸ ਦੇ ਵਿੱਚ ਸ਼ਾਮਲ ਨੇ ਤਾਂ ਲੋਕ ਇਨਸਾਫ ਲੈਣ ਲਈ ਤੁਸੀਂ ਅਸੀਂ ਕਿੱਥੇ ਜਾਵਾਂਗੇ ਜੀ ਇਹ ਤਾਂ ਫਿਰ ਕਿਸੇ ਨੂੰ ਵੀ ਹੋ ਸਕਦਾ ਕਿ ਮੇਰੀ ਖਬਰ ਪਸੰਦ ਨਾ ਆਵੇ ਤਾਂ ਮੈਨੂੰ ਕਹਿ ਦੇਣ ਜੀ ਇਹ ਇਹਨਾਂ ਦੇ ਨਾਲ ਇਹਨਾਂ ਨੂੰ ਜਲੀਲ ਕਰ ਦੇਣ ਜੀ ਦੇਖੋ ਮੈਂ ਬਰਾਡਸਾਪ ਤੁਹਾਡੀ ਬਹੁਤ ਵਧੀਆ ਤੁਹਾਡਾ ਸਵਾਲ ਹੈ ਦੇਖੋ ਮੈਂ ਜਿਸ ਦਿਨੇ ਅਸੀਂ ਇਹ ਕੇਸ ਸੌਰਾ ਆਇਆ ਤਾਂ ਮੈਨੂੰ ਵੀ ਬਰਾਡਸਾਪ ਹੀ ਲੱਗਿਆ ਤੁਹਾਡੇ ਵਾਲੀ ਗੱਲ ਬਿਲਕੁਲ ਮੇਰੇ ਦਿਮਾਗ ਚ ਆਈ ਕਿ ਜੇ ਇੰਡੀਅਨ ਆਰਮੀ ਦੇ ਇੱਕ ਜਵਾਨ ਦੇ ਨਾਲ ਇਹ ਕੁਝ ਹੋ ਸਕਦਾ ਹੈ ਜੋ ਤਸੱਦਦ ਕੀਤਾ ਇੱਕ ਮੈਕਸਿਮਮ ਤਸੱਦਦ ਇਹ ਪੂਰਾ ਹਾਈ ਡਿਗਰੀ ਦਾ ਤਸੱਦਦ ਉਹਨਾਂ ਨੇ ਕੀਤਾ ਤਾਂ ਫਿਰ ਇੱਕ ਆਮ ਬੰਦਾ ਕਿੱਥੇ ਖੜਾ ਹੈ ਔਰ ਦੂਜੀ ਗੱਲ ਜਿਹੜੀ ਮਾਨਸਿਕਤਾ ਦੀ ਸਰ ਗੱਲ ਕਰਦੇ ਹਾਂ ਮੈਂ ਬੜਾ ਹੈਰਾਨ ਹਾਂ ਕਿ ਦੇਖੋ ਆਨਰੇਬਲ ਸੁਪਰੀਮ ਕੋਰਟ ਨੇ ਡੀਕੇ ਵਾਸੂ ਡਿਟੇਲ ਜੁਡੀਮੈਂਟਸ ਨੇ ਵੀ ਤੁਸੀਂ ਜੇਕਰ ਕੋਈ ਬੰਦਾ ਦੇਖੋ ਇਹ ਤਾਂ ਕੋਈ ਦੋਸ਼ੀ ਤਾਂ ਨਹੀਂ ਸੀ ਕਿਸੇ ਮਾਮਲਾ ਕੋਈ ਐਫ ਆਈ ਆਰ ਇਹਨਾਂ ਦੇ ਉੱਪਰ ਕੋਈ ਦਰਜ ਨਹੀਂ ਚੰਡੀਗੜ੍ਹ ਦੇ ਵਿੱਚ ਜਿਹੜੀ ਇਹਨਾਂ ਦੀ ਇੰਟਰੋਗੇਸ਼ਨ ਉਹ ਲੱਗੇ ਸਨ ਕਰਨ ਕੀ ਉਹਨਾਂ ਦੇ ਕੋਲੇ ਪਾਵਰਜ਼ ਕਿੱਥੋਂ ਆਈਆਂ ਜੇਕਰ ਉਹਨਾਂ ਨੇ ਆਪਣੀਆਂ ਪਾਵਰਜ਼ ਨੂੰ ਮਿਸਯੂਟਾਈਜ਼ ਕੀਤਾ ਦੁਰਵਰਤੋਂ ਕੀਤੀ ਹੈ ਤਾਂ ਫਿਰ ਸਤੰਮ ਸਿੱਧਾ ਅਸੀਂ ਜੋ ਡਿਮਾਂਡ ਕੀਤੀ ਹੈ ਨਾ ਔਨਰੇਬਲ ਹਾਈ ਕੋਰਟ ਚ ਤੇ ਮੈਂ ਕਹਾਂਗਾ ਵੀ ਸਖਤ ਰੋਕ ਇਹਨਾਂ ਦੇ ਖਿਲਾਫ ਤੇ ਮੈਂ ਕਹਾਂਗਾ ਵੀ ਇੱਕ ਚੰਗਾ ਲੀਨੀਅਟ ਵਿਊ ਫੇਵਰੇਬਲ ਮੈਂ ਕਹਾਂਗਾ ਇਹਨਾਂ ਦੀ ਫੇਵਰ ਚ ਕਿਉਂਕਿ ਉਹਨਾਂ ਨੇ ਜੱਜ ਸਾਹਿਬ ਨੇ ਵੀ ਮੌਕੇ ਤੇ ਇਹ ਗੱਲ ਕਹੀ ਏ ਕਿ ਇਹ ਮਾਮਲਾ ਸੈਂਸਿਟਿਵ ਹੈ ਇੰਡੀਅਨ ਆਰਮੀ ਦੀ ਰਿਸਪੈਕਟ ਦਾ ਮਾਮਲਾ ਮੈਨੂੰ ਲੱਗਦਾ ਹੈ ਕਿ ਜੇ ਕਿਤੇ ਬਾਰਡਰ ਤੇ ਲੜਾਈ ਕਰਦੇ ਆ ਇਹ ਪਾਕਿਸਤਾਨ ਵਰਗੇ ਮੁਲਕ ਦੇ ਦੁਸ਼ਮਣ ਸੈਨਾ ਦੇ ਕਾਬੂ ਆ ਜਾਂਦੇ ਤਾਂ ਸ਼ਾਇਦ ਉਹ ਵੀ ਇੰਨਾ ਜਲੀਲ ਨਾ ਕਰਦੇ ਇਹਨਾਂ ਨੂੰ ਉਹ ਵੀ ਸ਼ਾਇਦ ਇਸ ਤਰ੍ਹਾਂ ਨੰਗਾ ਨਾ ਕਰਦੇ ਘੱਟੋ ਘੱਟ ਨੰਗਾ ਕਰਕੇ ਵੀਡੀਓ ਨਾ ਬਣਾਉਂਦੇ ਦੇਖੋ ਉਹਨਾਂ ਦੇ ਵੀ ਇੱਕ ਮੈਨੂੰ ਲੱਗਦਾ ਵੀ ਜਦੋਂ ਅਸੀਂ ਇੰਟਰਨੈਸ਼ਨਲ ਲਾਅ ਪੜ੍ਹਦੇ ਹਾਂ ਬ੍ਰਾਦਰਸ ਆਪ ਤਾਂ ਉਹਨਾਂ ਦੇ ਵੀ ਇੱਕ ਇੱਕ ਉਹਨਾਂ ਦੇ ਮਤਲਬ ਰੂਲਸ ਐਂਡ ਰੈਗੂਲੇਸ਼ਨਸ ਨੇ ਉਹਦੇ ਮੁਤਾਬਕ ਕਿ ਜੇ ਬਕਾਇਦਾ ਤੁਸੀਂ ਫੜਦੇ ਹੋ ਫੜਨ ਤੋਂ ਬਾਅਦ ਤੁਸੀਂ ਉਹਨਾਂ ਨੂੰ ਚਾਹ ਕੌਫੀ ਉਹਨਾਂ ਨੂੰ ਪੁੱਛੋ ਯਾਰ ਇਹ ਤਾਂ ਇਹ ਤਾਂ ਜੋ ਤਸੱਦ ਦੇ ਇਹਨਾਂ ਦੇ ਨਾਲ ਹੋਇਆ ਇੱਕ ਆਪਾਂ ਕਹਿ ਨਹੀਂ ਪੰਜਾਬੀ ਜਾਂਦੇ ਵੀ ਜੱਗੋਂ ਟੇਰਵਾ ਕੰਮ ਹੁਣ ਇਹਦੇ ਤੇ ਹੈ ਕਿ ਆਪਾਂ ਮੈਂ ਇਹਨਾਂ ਨੂੰ ਮੇਕਾ ਜੀ ਫਾਈਨਲੀ ਆਪਾਂ ਨੂੰ ਆਨਰੇਬਲ ਕੋਰਟਸ ਨੇ ਇਸ ਮਾਮਲੇ 'ਚ ਨਿਕਲਾਈਨ ਕਰਨਾ ਹੈ ਤੇ ਜਿਹੜੇ ਤੁਸੀਂ ਹੁਣ ਕੋਰਟ ਦੇ ਵਿੱਚ ਸੁਣਵਾਈ ਵੀ ਹੋਈ ਆ ਆਰਡਰ ਵੀ ਹੋਇਆ ਇਹਦੇ ਮੁਤਾਬਕ ਹੁਣ ਕੀ ਕੀ ਆਰਡਰ ਦੇ ਵਿੱਚ ਲਿਖਿਆ ਗਿਆ ਮੁੱਖ ਤੌਰ ਤੇ ਉਹ ਕਿਹੜੇ ਬਿੰਦੂ ਨੇ ਜਿਹਦੇ ਤੋਂ ਤੁਹਾਨੂੰ ਲੱਗਦਾ ਕਿ ਹੁਣ ਇਸ ਮਸਲੇ 'ਚੋਂ ਨਿਕਲ ਨਹੀਂ ਸਕਦੇ ਜਿਨ੍ਹਾਂ ਨੇ ਕਾਰਨਮਾ ਕੀਤਾ ਦੇਖੋ ਮੈਂ ਅਸੀਂ ਡਿਮਾਂਡ ਕੀਤੀ ਉਹਦੇ ਵਿੱਚ ਜਿਹੜੀਆਂ ਸਾਡੀਆਂ ਰਿਪ੍ਰেজੈਂਟੇਸ਼ਨਸ ਦੀ ਸੁਣਵਾਈ ਨਹੀਂ ਕੀਤੀ ਉਹਦੋ 'ਚ ਸਾਡੀ ਡਿਮਾਂਡ ਹੈ ਵੀ ਜਿਸ ਤਰੀਕੇ ਦੇ ਨਾਲ ਡਿਸਰੈਸਪੈਕਟ ਪੱਗ ਦੀ ਕੀਤੀ ਏ ਧਾਰਾ ਜਿਹੜੀ 295 ਇੱਕ ਅਸੀਂ ਕਿਹਾ ਵੀ ਜੋ ਇਹਨਾਂ ਦੀ ਅਬਜੈਕਸ਼ਨੇਬਲ ਵੀਡੀਓ ਬਣਾਈਏ ਉਹ 66 ਈ ਜਿਹੜਾ ਆਈਟੀ ਐਕਟ ਦਾ ਨਾਨ ਅਵੇਲੇਬਲ ਸੈਕਸ਼ਨ ਹੈ ਬੜੀ ਸਖਤ ਉਤਰ ਹੈ ਵੀ ਇੱਕ ਇਹਨਾਂ ਦਾ ਜਿਹੜਾ ਦੂਰਵਰਤੋਂ ਆਪਣੀ ਚੇਅਰ ਦੀ ਕਰਨੀ ਉਸ ਮੁਤਾਬਕ ਇਹਨਾਂ ਦਾ ਪੁਲਸ ਐਕਟ ਬਣਿਆ ਹੈ ਉਹਦੇ ਮੁਤਾਬਕ ਅਸੀਂ ਕਿਹਾ ਵੀ ਇਹਨਾਂ ਤੇ ਐਕਸ਼ਨ ਸਖਤ ਤੋਂ ਸਖਤ ਕੀਤਾ ਜਾਵੇ ਔਰ ਵੱਡੀ ਗੱਲ ਸਬੂਤ ਕੀ ਲੱਗਦਾ ਇਹਨੂੰ ਸਾਬਤ ਕਰਨ ਲਈ ਤੁਹਾਡੇ ਕੋਲੇ ਐਸੇ ਸਫੀਸ਼ੀਐਂਟ ਸਬੂਤ ਦੇਖੋ ਸਾਡੇ ਕੋਲ ਸਫੀਸ਼ੀਐਂਟ ਸਬੂਤ ਜਿਹੜੀ ਇਹਨਾਂ ਦੀ ਸਟੇਟਮੈਂਟ ਹੈ ਬ੍ਰਾਡ ਸਾਹਿਬ ਇੱਕ ਜਿਹੜੀ ਸਟੇਟਮੈਂਟ ਔਰ ਉਹ ਵੀ ਇੱਕ ਸਟੇਟਮੈਂਟ ਕਿਸੇ ਆਮ ਨਾਗਰਿਕ ਦੇ ਨਹੀਂ ਇੰਡੀਅਨ ਆਰਮੀ ਦੇ ਉਹਦੀ ਨਾਇਕੀ ਦੀ ਕਹੀ ਆਪਾਂ ਹਨਾ ਜਿਉਂ ਉਹਨਾਂ ਦੇ ਪਾਰਟ ਦੀ ਕਹੀਏ ਉਸ ਤੋਂ ਇਲਾਵਾ ਜਦੋਂ ਇਹਨਾਂ ਨੂੰ ਉਹਨਾਂ ਨੇ ਫੋਨ ਕਾਲ ਕੀਤਾ ਇਹਨਾਂ ਨੂੰ ਇਹਨਾਂ ਦੇ ਬੱਚੇ ਨੂੰ ਪੀਸੀਆਰ ਗੱਡੀ ਦੇ ਵਿੱਚੋਂ ਲੈ ਕੇ ਗਏ ਨੇ ਜਾਂ ਉਸ ਤੋਂ ਬਾਅਦ ਫਿਰ ਸੀਸੀਟੀਵੀ ਫੁਟੇਜ ਅਸੀਂ ਇੱਕ ਆਨਰੇਬਲ ਹਾਈ ਕੋਰਟ ਨੇ ਸਾਰੇ ਮਾਮਲੇ ਤੇ ਚੰਡੀਗੜ੍ਹ ਪੁਲਿਸ ਨੂੰ ਡੀਜੀਪ ਇਹਨੂੰ ਆਪਣੇ ਚੰਡੀਗੜ੍ਹ ਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਇਸ ਮਾਮਲੇ ਦੀ ਡੀਪ ਕਰਕੇ ਤੁਸੀਂ ਸਟੇਟਸ ਰਿਪੋਰਟ ਲਿਆਓ ਉਸ ਤੋਂ ਬਾਅਦ ਮੈਨੂੰ ਇਹ ਸਵਾਲ ਪੁੱਛਿਆ ਆਨਰੇਬਲ ਕੋਰਟ ਨੇ ਵੀ ਕੀ ਮਿਸਟਰ ਘੁਮਣ ਤੁਸੀਂ ਹਜੇ ਸੈਟੀਸਫਾਈਡ ਹੋ ਤਾਂ ਮੈਂ ਮੌਕੇ ਦੇ ਉੱਪਰ ਕਿਹਾ ਕਿ ਜੀ ਇਸ ਮਾਮਲੇ ਦੀ ਡੀਪ ਜਿਹੜੀਆਂ ਸੀਸੀਟੀਵੀ ਫੁਟੇਜੇਸ ਨੇ ਉਸ ਦਿਨ ਇੰਟਰਮੈਨਿੰਗ ਨਾਈਟ ਦੀਵਾਲੀ ਦੀ ਰਾਤ ਦੀਆਂ ਉਹ ਵੀ ਸਾਰੀਆਂ ਪ੍ਰੀਜ਼ਰਵ ਕੀਤੀਆਂ ਜਾਣ ਤੇ ਸਟੇਟਸ ਰਿਪੋਰਟ ਦੇ ਨਾਲ ਸਾਨੂੰ ਦਿੱਤੀਆਂ ਜਾਣ ਤੇ ਆਨਰੇਬਲ ਕੋਰਟ ਨੇ ਸਾਡਾ ਉਹ ਵੀ ਜਿਹੜੀ ਸਾਡੀ ਪ੍ਰੇਅਰ ਸੀ ਉਹ ਲਾਓ ਕੀਤੀ ਅਸੀਂ ਇਹ ਚਾਹੁੰਦੇ ਹਾਂ ਵੀ ਇਹਨਾਂ ਦੇ ਖਿਲਾਫ ਇੱਕ ਸਖਤ ਤਰਾਵਾਂ ਤਹਿਤ ਐਸਐਸਪੀ ਚੰਡੀਗੜ੍ਹ ਕੰਪਲੈਂਸ ਕਰਨ ਹਾਈ ਕੋਰਟ ਆਰਡਰ ਦੀ ਸਟੇਟਸ ਰਿਪੋਰਟ ਤੇ ਦੇਣ ਵੀ ਅਸੀਂ ਪਰਚਾ ਦਰਜ ਕੀਤਾ ਕਿਉਂਕਿ ਇੰਡੀਅਨ ਆਰਮੀ ਦੇ ਕਮਾਂਡਿੰਗ ਆਫੀਸਰ ਨੂੰ ਕੋਰਟ ਨੇ ਵਿੱਚ ਰੈਫਰੈਂਸ ਪਾਇਆ ਕਮਾਂਡਿੰਗ ਆਫੀਸਰ ਦਾ ਸੀਓ ਦਾ ਇੱਕ ਚੀਜ਼ ਹੋਰ ਦੱਸਿਓ ਜੀ ਕਿ ਮੰਨ ਲਓ ਸੀਸੀਟੀਵੀ ਮੰਗ ਲਈਏ ਕੋਰਟ ਨੇ ਉਹਨਾਂ ਥਾਣਿਆਂ ਦੀ ਉਹ ਸਾਰੀ ਤੇ ਸਾਰਾ ਕੁਝ ਉਹਨਾਂ ਦੇ ਕੋਲੇ ਹੈ ਜੇ ਮੰਨ ਲਓ ਕਿਤੇ ਐਸੀ ਚੁਲਾਕੀ ਕਰ ਦਿੰਦੇ ਹੋ ਡਿਲੀਟ ਕਰ ਦਿੰਦੇ ਆ ਉਹ ਵੀਡੀਓ ਨਹੀਂ ਬਰਾਮਦ ਹੁੰਦੀ ਵੀਡੀਓ ਨਹੀਂ ਮਿਲਦੀ ਉਦੇ ਲਈ ਕੋਈ ਐ ਐਸਾ ਕਾਨੂੰਨ ਹੈ ਉਹਦੇ ਲਈ ਕੋਈ ਕੋਰਟ ਨੇ ਆਰਡਰ ਕੀਤੇ ਹੋਏ ਆ ਦੇਖੋ ਮੈਂ ਇਹਦੇ ਚ ਇਹ ਬਰਾਡਸਰ ਬੜਾ ਵਧੀਆ ਤੁਹਾਡਾ ਸਵਾਲ ਹੈ ਉਹਦੇ ਚ ਇੱਕ ਆਨਰੇਬਲ ਸੁਪਰੀਮ ਕੋਰਟ ਨੇ ਇੱਕ ਜੱਜਮੈਂਟ ਪਾਸ ਕਰਤੀ ਜਿਹਦੇ ਚ ਉਹ ਕਹਿੰਦੇ ਵੀ 18 ਮਹੀਨਿਆਂ ਤੱਕ ਤੁਸੀਂ ਜਿਹੜੇ ਪਬਲਿਕ ਜਿਹੜੀ ਆਫੀਸਿਸ ਨੇ ਭਾਵੇਂ ਪੁਲਿਸ ਸਟੇਸ਼ਨਸ ਨੇ ਸਾਰਿਆਂ ਦੇ ਸੀਸੀਟੀਵੀ ਫੁਟੇਜ ਹੋਣਗੇ ਭਾਵੇਂ ਹਸਪੀਟਲਸ ਨੇ ਜਿੰਨੇ ਵੀ ਸਰਕਾਰੀ ਜਗ੍ਹਾ ਨੇ ਤੁਸੀਂ 18 ਮਹੀਨਿਆਂ ਤੱਕ ਡਿਲੀਟ ਨਹੀਂ ਕਰ ਸਕਦੇ ਔਰ ਉਹਦੇ ਵਿੱਚ ਆਨਰੇਬਲ ਹਾਈ ਕੋਰਟ ਨੇ ਕਿਹਾ ਤਾਂ ਵੀ ਸਾਰੀ ਸੀਸੀਟੀਵੀ ਫੁਟੇਜ ਹੋਸਦੈਂਦੀ ਅੰਦਰ ਬਾਹਰ ਪੁਲਿਸ ਸਟੇਸ਼ਨ ਸੈਕਟਰ 11 ਦੀ ਉਹ ਤੁਸੀਂ ਸਾਰੀ ਕੰਪਲੀਟ ਜਿਹੜੀ ਉਹ ਸਾਡੇ ਕੋਲ ਉਹ ਔਨਰੇਬਲ ਕੋਰਟ ਦੇ ਵਿੱਚ ਇਹਨੇ ਦੇਣੀ ਹੈ ਸੋ ਮੇਰਾ ਇਹ ਹੈਗਾ ਜੇ ਡਿਲੀਟ ਕਰ ਦਿੰਦੇ ਆ ਜੇ ਸਰ ਡਿਲੀਟ ਕਰ ਦਿੰਦੇ ਨੇ ਬ੍ਰਾਦਰ ਸਾਹਿਬ ਤਾਂ ਫਿਰ ਤਾਂ ਤੁਸੀਂ ਕਹ ਲਓ ਵੀ ਜੋ ਸਾਡੀ ਕਹਾਣੀ ਹੈ ਸਾਡੀ ਤਾਂ ਕਹਾਣੀ ਪ੍ਰੂਫ ਹੋ ਗਈ ਕਿਉਂਕਿ ਹਮੇਸ਼ਾ ਜਿਹੜਾ ਐਵੀਡੈਂਸ ਨੂੰ ਡਿਸਟਰੋਏ ਕਰਨਾ ਉਹ ਕੌਣ ਕਰਦਾ ਹੈ ਹਮੇਸ਼ਾ ਮਲਜ਼ਮ ਕਰਦੇ ਨੇ ਠੀਕ ਹੈ ਸੋ ਇਹਦਾ ਭਾਜੀ ਇਹ ਜੇਕਰ ਕੋਈ ਇਹੋ ਜਿਹਾ ਕੰਮ ਕਰਦੇ ਨੇ ਕਿਉਂਕਿ ਲਾਅਲੈਸਨਸ ਤੇ ਉਹਨਾਂ ਨੇ ਕਾਰੀ ਦਿੱਤੀ ਹੈ 200 ਇੱਕ ਵੀ ਲੱਗ ਜੂ ਕਸਰ ਤਾਂ ਛੱਡੀ ਨਹੀਂ 200 ਇੱਕ ਬਿਲਕੁਲ ਸਹੀ ਹੈ ਜੀ ਕਸਰ ਉਹਨਾਂ ਨੇ ਛੱਡੀ ਨਹੀਂ ਹੁਣ ਇਹ ਫਿਰ ਕਹਿੰਦੇ ਨੇ ਵੀ ਇੱਕ ਦੋਸ਼ੀ ਫਿਰ ਆਪਣੇ ਹਮੇਸ਼ਾ ਜੁਰਮ ਨੂੰ ਲੁਕਾਉਣ ਦੀ ਬੜਾ ਕੋਸ਼ਿਸ਼ ਕਰਦਾ ਹੈ ਸੋ ਇਹ ਬਹੁਤ ਕੋਸ਼ਿਸ਼ ਕਰਨਗੇ ਪਰ ਮੈਸੇਜ ਇਹ ਗੱਲ ਕਰ ਦਿਆਂ ਵੀ ਆਨਰੇਬਲ ਹਾਈ ਕੋਰਟ ਦੇ ਵਿੱਚ ਮੈਟਰ ਹੈ ਸੋ ਅਸੀਂ ਬਰਾੜ ਸਾਹਿਬ ਇਸ ਕੇਸ ਦੇ ਵਿੱਚ ਮੈਂ ਇੱਕ ਚੀਜ਼ ਜ਼ਰੂਰ ਕਹਾਂਗਾ ਕਿ ਦੇਖੋ ਜਿਵੇਂ ਤੁਸੀਂ ਗੱਲ ਕੀਤੀ ਵੀ ਇਹ ਦੌਰ ਕਹੇ ਜਾ ਚੱਲ ਰਿਹਾ ਹੈ ਦੇਖੋ ਨਵੇਂ ਤੋਂ ਨਵੇਂ ਕਾਨੂੰਨ ਬਣ ਰਹ ਮੈਨੂੰ ਇੱਕ ਗੱਲ ਲੱਗਦੀ ਹੈ ਵੀ ਕਿਤੇ ਨਾ ਕਿਤੇ ਜਿਹੜੇ ਨਵੇਂ ਕਾਨੂੰਨ ਦੇ ਅਸੀਂ ਖਰੇ ਇਸ ਚੀਜ਼ ਨੂੰ ਪਟੱਬੀ ਕਰਾਂਗੇ ਵੀ ਜਿਹੜੀਆਂ ਪੁਲਿਸ ਦੀਆਂ ਵਾਸਟ ਪਾਵਰਾਂ ਨੇ ਨਾ ਕਿਉਂਕਿ ਕਾਨੂੰਨ ਕਦੋਂ ਦਾ ਜਿਹੜਾ 1860 ਵਾਲਾ ਸੋ ਉਹਨਾਂ ਨੂੰ ਕਿਤੇ ਨਾ ਕਿਤੇ ਬ੍ਰਾਡਸਾ ਮਿਲ ਰਿਹਾ ਤਾਂ ਵੀ ਪੁਲਿਸ ਦੀਆਂ ਪਾਵਰਜ਼ ਵੀ ਲਿਮਟਿਡ ਹੋਣੀਆਂ ਚਾਹੀਦੀਆਂ ਨੇ ਹਰ ਚੀਜ਼ ਟਰਾਂਸਪੇਰੈਂਟ ਐਂਡ ਫੇਅਰ ਚਾਹੀਦੀ ਏ ਇਹ ਮਾਮਲਾ ਕੋਈ 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 ਵੱਡਾ ਕੋਈ ਹੀਨियस ਕ੍ਰਾਈਮ ਦਾ ਨਹੀਂ ਸੀ ਆਪਸ ਵਿੱਚ ਮਾਮਲਾ ਸੀ ਜੇ ਇਹਦੇ ਨਾਲ ਉਹ ਚੰਗੇ ਤਰੀਕੇ ਨਾਲ ਦੋਹਾਂ ਜੀਆਂ ਨੂੰ ਬਿਠਾ ਕੇ ਬੱਚੇ ਨੂੰ ਬਿਠਾ ਕੇ ਮੈਨੂੰ ਲੱਗਦਾ ਕਿ ਚੰਗੀ ਦਿਵਾਲੀ ਮੈਨੂੰ ਦਿਵਾਲੀ ਨੂੰ ਕਹਿੰਦਾ ਜੇਕਰ ਇਹਨਾਂ ਦਾ ਮਾਮਲਾ ਆਪਸ ਦੇ ਵਿੱਚ ਨਿਪਟਾਇਆ ਜਾਂਦਾ ਬਜਾਏ ਕਿ ਵੀ ਜੋ ਇਹਨਾਂ ਨੇ ਇਹ ਸਾਰਾ ਕੁਝ ਕੀਤਾ ਉਹ ઓਨਰੇਬਲ ਹਾਈ ਕੋਰਟ ਕਹ ਰਹੀ ਏ ਵੀ ਇਹ ਸਾਰਾ ਕੁਝ ਲਿਆਓ ਸੋ ਅਸੀਂ ਅਸੀਂ ਯੋਰ ਲਾਵਾਂਗੇ ਵੀ ਅਸੀਂ ਇੰਡੀਅਨ ਆਰਮੀ ਦੇ ਵਿੱਚ ਇਹਨੂੰ ਅਸੀਂ ਇਹਨਾਂ ਨੂੰ ਇਨਸਾਫ ਦਵਾਈਏ ਤੇ ਇਹਨਾਂ ਨੂੰ ਇਸ ਮਾਮਲੇ 'ਚ ਜਿੱਤ ਦਵਾਈਏ ਤਾਂ ਬੇहद ਗੰਭੀਰ ਮਸਲਾ ਹੈ ਅਸੀਂ ਸ਼ਾਇਦ ਬੜਾ ਆਸਾਨੀ ਦੇ ਨਾਲ ਇਹ ਪੂਰੀ ਘਟਨਾ ਸੁਣ ਲਈ ਤੁਸੀਂ ਵੀ ਸੁਣ ਲਈ ਹੋਏਗੀ ਪਰ ਜਿਹਦੇ ਨਾਲ ਇਹ ਕੁਝ ਵਾਪਰਿਆ ਸ਼ਾਇਦ ਉਸ ਇਨਸਾਨ ਨੂੰ ਹਰ ਪਲ ਹਰ ਮਿੰਟ ਹਰ ਘੜੀ ਚੈਨ ਨਹੀਂ ਆਉਂਦਾ ਹੋਵੇਗਾ ਜੋ ਕੁਜ ਉਹਦੇ ਨਾਲ ਵਾਪਰਿਆ ਤੇ ਜੋ ਜਿਨ੍ਹਾਂ ਨੇ ਕੀਤਾ ਕੈਸੀ ਉਹਨਾਂ ਦੀ ਮਾਨਸਿਕਤਾ ਅੱਜ ਵੀ 2023 2024 ਦੇ ਵਿੱਚ ਆ ਕੇ ਵੀ ਕੀ ਇਹ ਸਾਡਾ ਸਿਸਟਮ ਹੈ ਫਿਲਹਾਲ ਮਾਮਲਾ ਹਾਈ ਕੋਰਟ ਦੇ ਵਿੱਚ ਹੈ ਕੌਣ ਸੱਚਾ ਕੌਣ ਝੂਠਾ ਜਦੋਂ ਪੂਰੀ ਜਾਂਚ ਹੋਵੇਗੀ ਕੋਰਟ ਦਾ ਆਰਡਰ ਆਏਗਾ ਉਦੋਂ ਸਪੱਸ਼ਟ ਹੋਵੇਗਾ ਪਰ ਫਿਲਹਾਲ ਜਿਹੜੇ ਗੰਭੀਰ ਇਲਜ਼ਾਮ ਲੱਗੇ ਨੇ ਇਨਸਾਨੀਅਤ ਸ਼ਰਮਸਾਰ ਹੋਈ ਹੈ ਕੈਮਰਾਮੈਨ ਰਜਿੰਦਰ ਕੁਮਾਰ ਦੇ ਨਾਲ ਨਵਿੰਦਰ ਸਿੰਘ ਬਰਾੜ న్యూਸ 18 ਚੰਡੀਗੜ੍ਹ